पुलिस थाना कोटली सूरतमली अंदर पेंदे पिंड अठवाल विच बीती रात सैर कर रहे नौजवानों नूं अणपछाते वाहन वालों टक्कर मार देने का समाचार प्राप्त होया, जिस विच इक नौजवान की मौके पर ही मौत हो गई जबकि दो गंभीर रूप से जख्मी हुए हैं जिन्हों का इलाज गुरदासपुर और बटाला के निजी अस्पतालों में चल रहा। इस संबंधी जानकारी देते हुए पिंड वासी भारतीय किसान यूनियन क्रांतिकारी के जनरल सकत्तर कुलविंदरजीत सिंह अते मृतक के परिवारक मैंबर ने दस्या कि उन्होंने नौजवान पुत्र रोटी पानी छक के कोटली मूरतमली तो पिंड देड़ गवार नूं जांदी सड़क उपर सैर कर रहे सन तो अचानक अणपछाते वाहन ने उन्होंने टक्कर मार दी, जिस विच मुताजम मसीह उम्र 24 साल पुत्र हरदेव मसीह की मौके पर ही मौत हो गई जबकि उसके दो नाल दे साथी अमन मसीह और दीपक मसीह गंभीर रूप में जख्मी हुए हैं। जख्मियों को तुरंत परिवारक मैंबरों वालों गुरदासपुर और बटाला के निजी अस्पतालों में दाखिल करवाया गया जिथे कि उन्होंने हालत नाजुक बनी हुई है। परिवारक मैंबरों ने पंजाब सरकार और पुलिस के उच्च अधिकारियों को मांग की है कि जल्द तो जल्द अणपछाते वाहन ट्रेस करके उन्होंने इंसाफ दवाया जाए। साडा पिंड अठवाल है जी, साढ़े तीन बच्चे शामां नूं रोटी पानी खा के अपने सामने सड़क के उत्ते वाकिंग करने वास्ते गए थे। वाकिंग करके जो घर नूं आ रहे तो इतों थोड़ा जा दो किले पिछे कोई अणपछाता वाहन आया जिन्हें उन्होंने बड़ी बुरी तरह सैड मार के छुड़ दिता। बच्चे एक की तो डैथ हो गई आ, मुताजम जी की। दो बच्चे जेडे साढ़े हस्पताल से दाखिल ने, एक बच्चे की लत टुटी आ, एक बच्चा सीरीयस है, वह अजे बोलन नहीं दिया। पिंड दे विच बिल्कुल शोक की लहर पई हुई है और बहुत माड़ा होया साडे नगर नाल और पुलिस जिहड़ी आ वो अपनी कार्रवाई कर रही है। फिलहाल हुण वो सीसीटीवी कैमरे खंगाल रहे आ इत्थों लैके कोटली तक, अगों जो कार्रवाई हुंदी वो दस्सांगे। फिलहाल जिस परिवार नाल होया उस परिवार का कमाई करन वाला यही एक बच्चा सीगा, कारपेंटर दी करदा सीगा दुकान, ते अपने घर का पूरा खर्चा इसे बच्चे दे सिर ते चल। ਆਪਾਂ ਮੰਗ ਇਹ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਬਿਲਕੁਲ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਔਰ ਜੋ ਵਾਹਨ ਮਾਰ ਕੇ ਗਿਆ ਉਸ ਦੀ ਸ਼ਨਾਖਤ ਕਰਕੇ ਸਹੀ ਬੰਦੇ ਦੇ ਉੱਪਰ ਸਹੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਦੀ ਕਾਰਵਾਈ ਤੋਂ ਤੁਸੀਂ ਆਪਾਂ ਸੰਤੁਸ਼ਟ ਜੀ? ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹਾਂ ਜੀ। ਰਾਤੀਂ ਵੀ ਪੁਲਿਸ ਇੱਥੇ ਆਈ ਆ, ਲਾਸ਼ ਨੂੰ ਲੈ ਕੇ ਗਈ ਆ। ਸਵੇਰੇ 7 ਵਜੇ ਸਾਡੇ ਕੋਲ SHO ਸਾਹਿਬ ਆ ਗਿਆ ਸੀਗਾ, ਉਦੋਂ ਤੋਂ ਹੀ ਉਹ ਕੈਮਰੇ ਖੰਗਾਲ ਰਿਹਾ, ਮੈਂ ਉਹਨਾਂ ਦੇ ਨਾਲ ਸੀਗਾ। ਹੁਣ ਕੋਟਲੀ ਆ, ਉਹ ਅਜੇ ਵੀ ਕੋਟਲੀ ਕੈਮਰੇ ਦੇਖ ਰਿਹਾ। ਇੱਕ ਗੱਡੀ ਉਹਨਾਂ ਨੂੰ ਨਜ਼ਰ ਆ ਰਹੀ ਹੈ, ਤੂੰ ਕਹਿ ਰਹੇ ਆ ਕਿ ਆਪਾਂ ਛੇਤੀ ਕਵਰ ਕਰ ਲਾਂਗੇ। ਕੌਣ ਆਪਣਾ ਅੰਕਲ ਜੀ? ਹਜੇ ਨਸੀ। ਕਿਹੜਾ ਪਿੰਡ? ਅਠਵਾਲ। ਕੀ ਗੱਲਬਾਤ ਹੋਈ ਤੁਹਾਡੇ ਬੇਟੇ? ਗੱਲਬਾਤ ਸਾਡਾ ਬੇਟਾ ਕੰਮ ਤੋਂ ਆਇਆ ਵਾ 6 ਵਜੇ, ਤੇ ਆ ਕੇ ਨਾਲ ਨੂੰ ਕਿਤੇ ਮੁੜ ਕੇ ਸ਼ਾਮ ਨੂੰ 8 ਵਜੇ 8:30 ਵਜੇ ਰੋਟੀ ਖਾ ਕੇ ਨਿਕਲਿਆ ਵਾ, ਤੇ ਨਾਲ ਦੋ ਬੱਚੇ ਹੋਰ ਨੇ, ਤੇ ਉਹ ਸੈਰ ਕਰਨ ਗਏ ਤੇ ਇੱਕ ਆਈ ਗੱਡੀ ਉਹਨਾਂ ਨੂੰ ਮਾਰ ਗਈ ਆ। ਇਹਦੇ ਮੌਕੇ ਤੇ ਮੌਤ ਹੋ ਗਈ ਹੈ ਮੁਤਾਜ ਮਸੀਹ ਦੀ। ਉਹ ਜੀ ਦੋ ਬੱਚੇ ਫੱਟਰ ਹੋ ਗਏ ਨੇ, ਉਹ ਹਸਪਤਾਲ ਦੇ ਵਿੱਚ ਦਾਖਲ ਨੇ। ਸਾਡੀ ਇਹ ਮੰਗ ਵੀ ਹੁਣ ਇਨਸਾਫ ਦਿੱਤਾ ਜਾਵੇ, ਤੇ ਮੇਰਾ ਤੇ ਕਮਾਉਣ ਦਾ ਵੀ ਸਾਧਨ ਉਹੀ ਹੈ। ਮੇਰਾ ਬੱਚਾ ਦਿਹਾੜੀ ਮਿਹਨਤ ਕੱਟ ਲੱਕੜੀ ਦਾ ਕੰਮ ਕਰਦਾ ਸੀ, ਮੇਰਾ ਰੋਟੀ ਪਾਣੀ ਉਹਦੇ ਸਿਰ 'ਤੇ ਚੱਲਣ ਡਿਆ ਸੀ। ਹਜੇ ਆਪ ਤੇ ਮੈਂ ਬਜ਼ੁਰਗ ਰਹਿੰਦਾ, ਮੈਂ ਕੋਈ ਦਿਹਾੜੀ ਵੀ ਨਹੀਂ ਕਰ ਸਕਦਾ। ਬੰਦਾ ਹਰ ਮੇਰੇ ਤੇ ਘਰ ਮਕਾਨ ਵੇਖੀ ਆ, ਤੁਸੀਂ ਬਣਨੀ ਦੇ। ਹਾਂਜੀ, ਮੇਰੀ ਮੰਗ ਵੀ ਮੇਰੀ ਪ੍ਰਸ਼ਾਸਨ ਨੂੰ ਵੀ ਮੇਰੀ ਮਦਦ ਕੀਤੀ ਜਾਏ। ਬੇਟਾ ਤੁਹਾਡਾ ਆਪਣਾ ਵਿਆਹ ਕਿ ਨਹੀਂ? ਇੱਕ ਵਾਰ ਹੈ ਜੀ, ਜੀ ਵਿਆਹ। ਅਮਨਦੀਪ ਸਿੰਘ, ਅਮਨਦੀਪ ਮਸੀਹ ਜੋ ਸਾਡੇ ਤਾਇਆ ਜੀ ਦਾ ਲੜਕਾ ਸੀ, ਜੋ ਕਿ ਇਹਨਾਂ ਦਾ ਬੁਰੀ ਤਰ੍ਹਾਂ ਅਣਪਛਾਤੇ ਜੋ ਕਿ ਵਾਹਨ ਸੀ, ਰਾਤ 9:30 ਵਜੇ ਦੀ ਗੱਲ ਆ, ਜੋ ਕਿ ਅਣਪਛਾਤੇ ਵਾਹਨ ਵੱਲੋਂ ਉਹਨਾਂ 'ਤੇ ਮਤਲਬ ਕਿ ਉਹਨਾਂ 'ਤੇ ਕੀਤਾ ਗਿਆ ਐਕਸੀਡੈਂਟ ਦੁਆਰਾ, ਉਹਨਾਂ 'ਤੇ ਬਹੁਤ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਔਰ ਗੱਡੀ ਲੈ ਕੇ ਫਰਾਰ ਹੋ ਗਿਆ, ਰਫੂ ਚੱਕਰ ਹੋ ਗਿਆ। ਅਸੀਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ, ਸਾਡੇ ਭਰਾਵਾਂ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਮੁਮਤਾਜ ਮਸੀਹ ਜਿਹਦੀ ਡੈਥ ਹੋ ਚੁੱਕੀ ਹੈ, ਉਹ ਇੱਕ ਪਰਿਵਾਰ ਹੀ ਉਹਦੇ ਸਿਰ 'ਤੇ ਚੱਲਦਾ ਸੀ। ਅਸੀਂ ਮੰਗ ਕਰਦੇ ਹਾਂ, ਸਾਰੇ ਰਲ ਮਿਲ ਕੇ ਮੰਗ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਕੋਲ ਵੀ ਔਰ ਪੂਰੇ ਪ੍ਰਸ਼ਾਸਨ ਕੋਲ ਵੀ, ਪੰਜਾਬ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਭਰਾਵਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਅਸੀਂ ਅਮਨਦੀਪ ਮਸੀਹ ਜੀ ਜਿਹਦੀ ਕਿ ਲੱਤ ਟੁੱਟ ਚੁੱਕੀ ਹੈ, ਅਸੀਂ ਉਹਦੇ ਵਾਸਤੇ ਵੀ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਕੋਲ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਔਰ ਜੋ ਦੀਪਕ ਮਸੀਹ ਆ ਉਹਦੇ, ਉਹ ਵੀ ਬੁਰੀ ਤਰ੍ਹਾਂ ਜਿਹੜੇ ਇਲਾਜ ਵਿੱਚ ਜ਼ਖਮੀ ਆ ਔਰ ਬੁਰੀ ਤਰ੍ਹਾਂ ਹਸਪੀਟਲ ਦੇ ਵਿੱਚ ਦਾਖਲ ਆ, ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕਿ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਔਰ ਜੋ ਬਣਦੀ ਕਾਰਵਾਈ ਹੈ ਪੁਲਿਸ ਪ੍ਰਸ਼ਾਸਨ ਕਰੇ ਔਰ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਰਾਤ ਕੋਈ ਕਰੀਬ 10 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਦੇਰ ਗਵਾਰ ਤੋਂ ਅਠਵਾਲ ਨੂੰ ਜਾਂਦੀ ਰੋਡ 'ਤੇ ਕੋਈ ਨਾਮਲੂਮ ਗੱਡੀ ਦਾ ਸਵਾਰ ਜਿਹੜਾ 3 ਨੌਜਵਾਨ ਸੈਰ ਕਰ ਰਹੇ ਸੀ ਅਤੇ ਉਹਨਾਂ ਦੇ ਵਿੱਚ ਗੱਡੀ ਮਾਰ ਕੇ ਅਤੇ ਇੱਕ ਦੀ ਮੌਕੇ 'ਤੇ ਮੌਤ ਹੋ ਗਈ ਹੈ ਮੁਮਤਾਜ ਦੀ।
दो जड़े इंजर्ड है, तीन जने सैर कर रहे थे जो गुरदासपुर दाखिल है, दो जड़े दूसरे दो बिल्कुल ठीक है। असी दो जो नामलूम दोषियों के खिलाफ मुकदमा दर्ज करके कैमरे जड़े आ सारे उस रोड से चैक कर रहे कि जी भी उस वक्त टाइम गड्डी आई है उन्होंने जो भी मिलेगा दोषी फड़ के वो खिलाफ कार्रवाई की जाएगी। ये दोषी जरा जिदी मौत हुई है 304A के तहत मुकदमा दर्ज किया गया। उस मौके अजे जी गड्डी नहीं कोई भी जानी पाई गई तो एक गैस एजेंसी वाले कैमरे जोड़े उन्होंने चल नहीं रहा सिस्टम, उन्होंने मैं कह गया दोबारा जोड़ा वो जाके देखा जाएगा, वो आस है।